ਸੱਜਣ ਹੁਣੀ ਆਏ ਸੀ ਇੱਕ ਵਾਰੀ ਦਰਵਾਜ਼ਾ ਖੁੱਲਾ ਸੀ, ਉਹ ਅੰਦਰ ਆ ਕੇ ਕਿਤੇ ਸੋਫੇ ਤੇ ਬਹਿ ਗਿਆ ਤੇ ਚਪੇੜ ਵੱਜ ਗਈ। ਕਾਸ਼ ਤੁਮ ਸੁਬਹ ਨਾ ਉਠੋ, ਕਾਸ਼ ਐਸਾ ਹੋ ਜਾਏ, ਕਾਸ਼ ਤੁਮ ਪੈਲੀਓ ਮੇ ਪੜੇ ਹੋ, ਕਾਸ਼ ਐਸਾ ਹੋ ਜਾਏ, ਕਾਸ਼ ਤੁਮਾਰੇ ਸਿਰ ਮੇ ਕੋਈ ਬੋਤਲ ਮਾਰ ਦੇ। ਗਾਲ ਨਾ ਕੱਢ, ਇਹ ਵਿਆਹ ਨਾ ਹੋ ਗਿਆ, ਬਿਗ ਬੋਸ ਦਾ ਘਰ ਹੀ ਹੋ ਗਿਆ। ਅਬੀ ਰਸੋਈ ਚ ਕੈਮਰਾ, ਬੈਡਰੂਮ ਚ ਕੈਮਰਾ, ਬਾਥਰੂਮ ਚ ਰਹਿ ਗਿਆ ਬਸ, ਹੱਦ ਹੋ ਗਈ ਤੁਹਾਡੇ ਵਾਲੀ। ਗੱਡੀ ਚ ਕੈਮਰਾ, ਇੱਧਰ ਕੈਮਰਾ, ਰਸੋਈ ਚ ਕੈਮਰਾ, ਬਾਹਰ ਕਿਤੇ ਘੁੰਮਣ ਜਾਂਦੇ ਉੱਥੇ ਕੈਮਰਾ। ਯਾਰ ਕਿਤੇ ਤੇ ਕੈਮਰਾ ਬੰਦ ਕਰ ਦੋ। ਪੈਸਾ ਬਰਬਾਦ ਪਹਿਨ ਚੋ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਮਾਈ ਲਾਪਾ ਚੈਨਲ। ਚੈਨਲ ਤੇ ਜੇ ਤੁਸੀਂ ਪਹਿਲੀ ਵਾਰੀ ਆਏ ਹੋ ਤੇ ਥੱਲੇ ਇੱਕ ਰੈੱਡ ਜੇ ਕਲਰ ਦਾ ਬਟਨ ਆ, ਦੱਬ ਦੋ, ਤੋੜ ਦੋ ਉਹਨੂੰ ਬਸ, ਤੇ ਅੱਗੇ ਘੰਟੀ ਜੀ ਆਊਗੀ, ਉੱਤੇ ਨੱਪ ਕੇ ਆਲ ਤੇ ਕਰ ਲਿਓ, ਤਾਂ ਜੋ ਮੇਰੀਆਂ ਵੀਡੀਓਜ਼ ਹੁਣ ਤੇ ਆਉਂਦੀਆਂ ਰਹਿਣੀਆਂ। ਥੋੜ੍ਹੇ ਕੁ ਰੁਕੇ ਸੀ ਆਪਾਂ ਵਿੱਚ, ਜੇ ਹੁਣ ਨਹੀਂ ਰੁਕਣਾ, ਨੇਰ ਬਣਾ ਦਾਂਗੇ ਨੇਰ, ਛੇਤੀ ਛੇਤੀ ਆਈਏ ਫਿਰ ਵੀਡੀਓ ਦੇ। ਥੰਬਨੇਲ ਦੇਖ ਕੇ ਤੁਸੀਂ ਪਛਾਣ ਹੀ ਗਏ ਹੋ ਵੀ ਵੀਡੀਓ ਹੈ ਕਾਹਦੀ, ਜਲੂਸ ਹੀ ਕੱਢਣਾ ਆਪਾਂ, ਆ ਜਾਓ। ਹਾਏ ਹਾਏ ਹੋਏ ਹੋਏ, ਹਾਏ ਹਾਏ ਹੋਏ ਹੋਏ, ਇੰਸਟਾਗ੍ਰਾਮ ਖੋਲੀਏ ਆ ਆਉਂਦਾ, ਫੇਸਬੁੱਕ ਖੋਲੀਏ ਆ ਆਉਂਦਾ, ਯੂਟਿਊਬ ਖੋਲੀਏ ਆ ਆਉਂਦਾ, ਇੱਥੋਂ ਤੱਕ ਕਿ ਅਖਬਾਰ ਖੋਲ ਕੇ ਵੇਖ ਲਓ ਉਹ 'ਚ ਵੀ ਆ ਆਉਂਦਾ। ਹਾਏ ਹਾਏ ਹੋਏ ਹੋਏ, ਹਾਏ ਹਾਏ ਹੋਏ ਹੋਏ, ਹਾਏ ਹਾਏ ਹੋਏ ਹੋਏ, ਬਦੋ ਬਦੀ ਬਦੋ ਬਦੀ ਬਦੋ ਬਦੀ, ਹਾਏ ਹੋਏ ਹੋਏ, ਹਾਏ ਹਾਏ ਹੋਏ ਹੋਏ, ਬਦੋ ਬਦੀ ਬਦੋ ਬਦੀ ਬਦੋ ਬਦੀ, ਬਦੋ ਬਦੀ ਬਦੋ ਬਦੀ ਬਦੋ ਬਦੀ, ਪਾਓ ਪਾਓ ਕੀ ਆਏ ਯਾਰ ਬੰਦਾ। ਯਾਰ ਕਹਿੰਦੇ ਵੀ ਕਰੋਨਾ ਨੇ ਜਿੰਨੇ ਜਿੰਨੇ ਵੈਕਸੀਨ ਲਵਾਈ ਸੀ ਉਹ ਬੰਦੇ ਮਰਦੇ ਪਏ ਆ, ਇਹਦੇ ਇੱਕ ਅੱਧੀ ਲਵਾ ਕੇ ਤਾਂ ਗਲਾ ਹੀ ਬਿਠਾ ਦਿੰਦੇ, ਸੰਘ ਹੀ ਬੰਦ ਹੋ ਜਾਂਦਾ ਇਹਦਾ, ਸਾਨੂੰ ਇੱਦਾਂ ਦੇ ਗਾਣੇ ਤੇ ਨਾ ਸੁਣਨੇ ਪੈਂਦੇ। ਯਾਰ ਨਾਲੇ ਕਹਿੰਦੇ ਸੀ 2019 ਚ ਦੁਨੀਆ ਖਤਮ ਹੋ ਜਾਣੀ ਆ, ਉਹ ਮੀਟਰੋਡ ਚ ਡਿੱਗਣਾ ਸੀ ਨਾ। ਅੱਛਾ, ਮੈਨੂੰ ਲੱਗਦਾ ਇਹਦੇ ਸਿਰ ਤੇ ਡਿੱਗਾ ਵਾ, ਤਾਂ ਹੀ ਤਾਂ ਉੱਤੋਂ ਉੱਤੋਂ ਪਲੇਨ ਹੋ ਗਿਆ ਜਿੱਥੇ ਜਿੱਥੇ ਡਿੱਗਾ। ਜਾ ਕੇ ਇਲਾਜ ਕਰੋ, ਕਰੀ ਕੀ ਜਾਂਦਾ ਇਹ ਬੰਮ 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 ਬੰਮ, ਇਹ ਬੇਸ ਹੀ ਵਜਾਈ ਜਾਂਦਾ ਗੱਲੀ ਦੇ, ਲੋਕੀ ਝੂਮੀ ਜਾਣ ਡਿਆ, ਫੋਨ ਫੜ ਫੜ ਵੀਡੀਓ ਬਣਾਉਣ ਡੇ ਲੋਕੀ, ਮੈਂ ਕਹਿੰਦਾ ਇੱਕ ਅੱਧਾ ਮੱਥੇ 'ਚ ਛੱਡੋ ਇਹਦੇ ਪਤਾ ਲੱਗੇ ਇਹਨੂੰ। ਆਪਕੇ ਲਈ ਖੁਸ਼ਖਬਰੀ ਹੈ, ਇੰਨੀ ਖੇਜ ਮੈਨੂੰ ਉਦੋਂ ਨਹੀਂ ਚੜੀ ਜਦੋਂ ਕੈਪਟਨ ਵਾਲਾ ਫੋਨ ਨਹੀਂ ਮਿਲਿਆ ਮੈਨੂੰ ਸਕੂਲ 'ਚ, ਜਿੰਨੀ ਮੈਨੂੰ ਇੰਨੇ ਚੜਾਤੀ ਹੈ। ਬੜਾ ਹਰਾਮੀ ਹੋ ਬੇਟਾ, ਚਾਂਦ ਰਾਤ ਕੋ ਇੱਕ ਬਹੁਤ ਜ਼ਬਰਦਸਤ ਅਟੈਕ ਆ ਰਿਹਾ ਹੈ, ਜਦੋਂ ਦੇਖੋ ਇਹੋ ਆ ਜਾਂਦਾ, ਜਦੋਂ ਦੇਖੋ ਇਹ ਆ ਜਾਂਦਾ, ਫਿਰ ਕਹੀ ਜਾਂਦਾ ਤੁਹਾਡੇ ਵਾਸਤੇ ਸਰਪ੍ਰਾਈਜ਼ ਹੈ, ਨਵਾਂ ਗਾਣਾ ਲੈ ਕੇ ਆ ਰਹੇ ਹਾਂ ਆਪਾਂ। ਕਾਸ਼ ਐਸਾ ਹੋ ਜਾਏ, ਕਾਸ਼ ਐਸਾ ਹੋ ਜਾਏ, ਕਾਸ਼ ਐਸਾ ਹੋ ਜਾਏ, ਕਾਸ਼ ਤੁਮ ਸੁਬਹ ਨਾ ਉਠੋ, ਕਾਸ਼ ਐਸਾ ਹੋ ਜਾਏ, ਕਾਸ਼ ਤੁਮ ਪੈਲੀਓ ਮੇ ਪੜੇ ਹੋ, ਕਾਸ਼ ਐਸਾ ਹੋ ਜਾਏ, ਕਾਸ਼ ਤੁਮਾਰੇ ਸਿਰ ਮੇ ਕੋਈ ਬੋਤਲ ਮਾਰ ਦੇ, ਕਾਸ਼ ਐਸਾ ਹੋ ਜਾਏ, ਕਾਸ਼ ਤੁਮਾਰੇ ਸਿਰ ਮੇ ਇੱਟ ਡਿੱਗ ਪੜੇ, ਕਾਸ਼ ਤੁਹਾਡੇ ਮੱਥੇ ਵਿੱਚ ਬੰਬ ਡਿੱਗ ਪਏ, ਹੱਥ ਮੇ ਤੇਰਾ ਹੱਥ ਹੋ। ਅਸਲਾਮ ਅਲੈਕੁਮ, ਆਪ ਸਭ ਦਾ ਕੀ ਹਾਲ ਹੈ? ਹਾਲ ਤੇ ਬਹੁਤ ਵਧੀਆ, ਪਰ ਤੂੰ ਖਰਾਬ ਕਰ ਦੇਣਾ ਮੈਨੂੰ ਪਤਾ। ਇਸ ਸੱਜਣ ਕੋ ਕਿਆ ਤਕਲੀਫ ਹੈ ਭਾਈ? ਦੇਖੋ ਤੈ ਕਰ, ਪਾਓ ਪਾਓ ਪਾਓ, ਚੁੱਪ, ਸਿਰ ਚ ਰੇਤ ਪਾਓ, ਇਹਦੇ ਮਿੱਟੀ ਪਾਓ, ਪਾਓ ਪਾਓ ਪਾਓ, ਝੋਲੀ ਚ ਇੱਟਾਂ ਪਾਓ, ਰੋੜੇ ਪਾਓ, ਪਾਓ ਪਾਓ ਪਾਓ, ਛੋਟੇ ਪਾਣ ਵੱਡੇ ਪਾਣ ਪੂਰੀ ਦੁਨੀਆ ਚ ਪਾਣ, ਇਹਨੂੰ ਲਾਣਤਾਂ ਪਾਓ, ਕਸੀਏ ਪਾਣ ਜਲੇ ਬੰਦ ਘਰਾਂ ਲੋਕਾਈਏ, ਅਸਲੀ ਹੈ ਯਾਰ, ਪਾਓ ਪਾਓ ਪਾਓ, ਪਾਓ ਪਾਓ ਪਾਓ, ਚੁੱਪ ਹੋ ਜਾ ਸਾਤਵੀਂ ਫੇਰ, ਉਹ ਭੰਗੜਾ ਪਾਓ, ਉਹ ਭੰਗੜਾ ਪਾਓ, ਉਹ ਭੰਗੜਾ ਪਾਓ, ਉਹ ਲੁੱਡੀ ਪਾਓ, ਉਹ ਲੁੱਡੀ ਪਾਓ, ਪਾਓ ਪਾਓ ਪਾਓ, ਵੱਡੇ ਵੱਡੇ ਸ਼ੋਅ ਲੱਗ
ਲੱਗਦੇ ਪਏ ਆ। ਕੁੜੀਆਂ ਫੋਟੋਆਂ ਕਰਾਉਂਦੀਆਂ ਪਈਆਂ, ਮੁੰਡੇ ਰੀਲਾਂ ਬਣਾਉਂਦੇ ਪਏ ਆ, ਕੁੜੀਆਂ ਅਲੱਗ ਰੀਲਾਂ ਬਣਾਉਂਦੀਆਂ ਪਈਆਂ। ਕਿਆ ਬਾਤ ਆ ਯਾਰ, ਬੰਦੇ ਦੀ ਚੜ੍ਹਾਈ ਆ। ਵੱਡੇ ਵੱਡੇ ਟੀਵੀ ਸ਼ੋਅ ਵਾਲੇ ਬੁਲਾਉਂਦੇ ਪਏ, ਆ ਜਾਓ ਭਾਜੀ ਸਾਡੇ ਟੀਵੀ ਤੇ ਆਓ, ਜਰਾ ਗੱਲਬਾਤ ਕਰਦੇ ਆ ਤੁਹਾਡੇ ਨਾਲ। ਵੱਡੇ ਵੱਡੇ ਇੰਟਰਵਿਊ ਹੁੰਦੇ ਪਏ ਆ, ਵੱਡੇ ਵੱਡੇ ਜਗਰਾਤਿਆਂ ਚ ਬੁਲਾਉਂਦੇ ਪਏ ਆ। ਵੱਡੇ ਵੱਡੇ ਮੈਰਿਜ ਚ ਸ਼ੋਅ ਲੱਗਦੇ ਪਏ, ਲੱਖਾਂ ਕਰੋੜਾਂ ਰੁਪਈਆ ਕਮਾਉਂਦੇ ਪਏ ਆ। ਸਾਰਾ ਕਸੂਰ ਤੁਹਾਡਾ, ਮੈਂ ਤੁਹਾਨੂੰ ਦੱਸਾਂ। ਹਸਾਉਣ ਵਾਸਤੇ ਕਰਦਾ ਓਦਾਂ, ਚਲੋ ਕੋਈ ਚੱਕਰ ਨੀ। ਆਪਾਂ ਆਉਂਦੇ ਹਾਂ ਅਗਲੇ ਟੋਪਿਕ ਤੇ, ਆ ਚੱਕੋ। ਸਦਾ ਖੁੱਲੇ ਦਰਵਾਜੇ ਵੀ ਸੱਜਣਾ ਤੇਰੇ ਲਈ, ਸੱਜਣ ਹੁਣੀ ਆਏ ਹੀ ਇੱਕ ਵਾਰੀ, ਦਰਵਾਜਾ ਖੁੱਲਾ ਹੀ, ਉਹ ਅੰਦਰ ਆ ਕੇ ਕਿਤੇ ਸੋਫੇ ਤੇ ਬਹਿ ਗਏ ਤੇ ਚਪੇੜ ਵੱਜ ਗਈ। ਦੇਖਾ ਆਪਣੇ ਲਾਪਰਵਾਹੀ ਦਾ ਨਤੀਜਾ, ਸੱਜਣ ਹੁਣੀ ਕਿਤੇ ਆਉਂਦੇ ਆ ਹੁਣ ਮੁੜ ਕੇ, ਇੰਨੀ ਬੇਇੱਜ਼ਤੀ ਕਰਾਤੀ ਸੱਜਣ ਹੁਣਾਂ ਦੀ ਤੇ ਨਾਲ ਵਿੱਚ ਆਪਣੀ। ਲੋਕਾਂ ਨੇ ਵੈਸੇ ਰੱਜ ਕੇ ਜਲੀਲ ਕੀਤਾ, ਇੰਨੇ ਮਾਸਾ ਨੀ ਫੀਲ ਕੀਤਾ। ਉਹ ਮੁੰਡਾ ਚਲੋ ਸਿੱਧਾ ਜਿਹਾ ਹੈਗਾ, ਵਿਚਾਰਾ ਭੋਲਾ ਜਿਹਾ ਹੈਗਾ, ਤੇ ਉਹਨੂੰ ਫਿਰ ਵੀ ਹੈਗੀ ਆ ਸ਼ਰਮ ਵੀ ਨਹੀਂ ਯਾਰ ਮੇਰੀ ਵੀਡੀਓ ਲੀਕ ਹੋਈ ਆ, ਮੇਰੇ ਥੱਪੜ ਵੱਜਾ, ਮੇਰੀ ਬੇਇੱਜ਼ਤੀ ਹੋਈ ਆ, ਇਹਨੂੰ ਕੋਈ ਚੱਕਰ ਹੀ ਨਹੀਂ, ਅੱਜ ਚੱਕੋ ਪ੍ਰਮੋਸ਼ਨਾਂ ਕਰਾ ਲਓ। ਵਾਹ ਕਿਆ ਸੀਨ ਹੈ। ਤੇ ਜਿਨ੍ਹਾਂ ਨੂੰ ਗੱਲ ਦਾ ਨਹੀਂ ਪਤਾ ਕੀ ਹੋਈ ਸੀ, ਆਪਾਂ ਦੱਸਦੇ ਹਾਂ ਆਪਾਂ ਕਿਹੜੀ ਗੱਲੋਂ ਬੈਠੇ ਹਾਂ। ਸਭ ਤੋਂ ਪਹਿਲਾਂ ਤਾਂ ਆਹ ਚੈਟ ਜੀ ਲੀਕ ਹੋਈ ਆ ਮੁੰਡੇ ਨਾਲ, ਵੀ ਇੱਦਾਂ ਸੋਰੀ ਸੋਰੀ ਸੋਰੀ, ਸਾਨੂੰ ਸਮਝ ਨਹੀਂ ਆਇਆ ਵੀ ਕੀ ਗੱਲ ਸੀ। ਉਸ ਤੋਂ ਬਾਅਦ ਕਿਤੇ ਆਹ ਵੀਡੀਓ ਆ ਗਈ ਠਾ, ਫਿਰ ਰੌਲਾ ਜ਼ਿਆਦਾ ਪੈ ਗਿਆ। ਫਿਰ ਕਹਿੰਦੇ ਵੀ ਇਹ ਥੱਪੜ ਵਾਲੀ ਕੀ ਗੱਲ ਆ, ਥੱਪੜ ਵਾਲੀ ਕੀ ਗੱਲ ਆ, ਪੇਜਾਂ ਤੇ ਗੱਲ ਉੱਡ ਗਈ, ਸਾਰੇ ਬੇਤੀ ਕਰਨ ਲੱਗ ਪਏ ਵੀ ਗੱਲ ਹੋਈ ਕੀ। ਜਲਦੀ ਬੋਲ, ਕੱਲ ਸਵੇਰੇ ਪਨਵੇਲ ਨਿਕਲਣਾ ਹੈ। ਬਾਅਦ ਚੋਂ ਇਹਨਾਂ ਨੇ ਲਾਈਵ ਹੋ ਕੇ ਦੱਸਿਆ ਵੀ ਉਹ ਮੇਰੇ ਘਰੇ ਆਇਆ ਸੀ ਤੇ ਮੈਨੂੰ ਭੈਣ ਭੈਣ ਕਹਿ ਕੇ ਉਹਨੇ ਮੇਰੇ ਨਾਲ ਫੋਟੋ ਕਰਾਈ, ਵੀਡੀਓ ਬਣਾਈ, ਤੇ ਬਾਅਦ ਚੋਂ ਉਹਨੇ ਕਿਤੇ ਘਰੇ ਜਾ ਕੇ ਪਿਆਰ ਮੁਹੱਬਤ ਵਾਲਾ ਗਾਣਾ ਲਾ ਤਾ, ਤੇ ਇੱਦਾਂ ਉੱਦਾਂ, ਤੇ ਇਹਨੂੰ ਗੁੱਸਾ ਲੱਗਾ ਹੋਣਾ ਵੀ ਲੋਕਾਂ ਨੇ ਕਿਹਾ ਹੋਣਾ ਵੀ ਆਹ ਕੀ ਗੱਲ ਆ, ਤੇ ਉਹ ਵਿਚਾਰੇ ਨੂੰ ਫਿਰ ਘਰੇ ਬੁਲਾ ਕੇ ਤੇ ਉਹਨੂੰ ਸਿੱਧਾ ਵੀ ਕਹਿ ਸਕਦੀ ਵੀ ਕੱਟ ਦੇ ਜਾਂ ਕੁਛ, ਤੇ ਉਹਦੇ ਚਪੇੜ ਮਾਰਤੀ। ਸਾਰਿਆਂ ਨੂੰ ਲੱਗਾ ਵੀ ਨਹੀਂ ਯਾਰ ਮੁੰਡਾ ਗਲਤ ਆ, ਜਦੋਂ ਉਹਨੇ ਲਾਈਵ ਹੋ ਕੇ ਦੱਸਤਾ ਵੀ ਇੱਦਾਂ ਇੱਦਾਂ ਕਰਕੇ ਭੈਣ ਬਣਾ ਕੇ ਮੈਨੂੰ ਬਾਅਦ 'ਚ ਪਿਆਰ ਵਾਲੇ ਗਾਣੇ ਲਾਤੇ ਉਹਨੇ, ਤੇ ਸਾਰਿਆਂ ਨੂੰ ਲੱਗਾ ਵੀ ਨਹੀਂ ਯਾਰ ਮੁੰਡਾ ਗਲਤ ਆ, ਤੇ ਬਾਅਦ 'ਚੋਂ ਕਿਤੇ ਵੀਡੀਓ ਇੱਕ ਹੋਰ ਆ ਗਈ, ਫਿਰ ਆਪੇ ਪਤਾ ਲੱਗ ਗਿਆ ਵੀ ਕਿਹੜਾ ਸਹੀ ਆ ਕਿਹੜਾ ਗਲਤ ਆ। ਉਹ ਵਿਚਾਰਾ ਮੁੰਡਾ ਥੋੜ੍ਹਾ ਜਿਹਾ ਸਿੱਧਾ ਵਾ, ਉਹ ਹਜੇ ਵੀ ਨਹੀਂ ਹਟਿਆ, ਹਜੇ ਵੀ ਉਹੀ ਗਾਣੇ ਕਰੀ ਜਾਂਦਾ ਵੀ ਨਹੀਂ ਮੈਂ ਨਹੀਂ ਰਹਿ ਸਕਦਾ, ਰੋਈ ਜਾਂਦਾ, ਕੱਪੜੇ ਖਿਲਾਰੀ ਜਾਂਦਾ ਆਪਣੇ, ਐਵੇਂ ਕੰਡਾ ਖਾਊਗਾ ਉਹ ਵੀ ਕਿਸੇ ਨਾ ਕਿਸੇ ਕੋਲ। ਅਤੇ ਬਾਕੀ ਇਹਨਾਂ ਦਾ ਤਾਂ ਹੋ ਗਿਆ ਹੁਣ ਵਿਆਹ, ਅਤੇ ਚਲੋ ਸਾਰਿਆਂ ਨੇ ਸੋਚਿਆ ਵੀ ਚਲੋ ਵਿਆਹ ਹੋ ਗਿਆ ਹੁਣ ਸੁਧਰ ਜਾਣਗੇ, ਹੁਣ ਸੁਧਰ ਜਾਣਗੇ, ਹੁਣ ਸੁਧਰ ਜਾਣਗੇ। ਰੁਕੋ ਜਰਾ, ਸਬਰ ਕਰੋ, ਆਪਣਾ ਜਲੂਸ ਆਪ ਘਟਾਈ ਜਾਂਦੇ, ਸਾਰੇ ਹਟ ਗਏ ਵੀਡੀਓ ਬਣਾਉਣੋਂ, ਕਿਸੇ ਨੇ ਨਾਂ ਤੱਕ ਨਹੀਂ ਲਿਆ, ਬਾਅਦ ਚੋਂ ਆਪਣਾ ਜਲੂਸ ਆਪ ਘਟਾਇਆ ਇਹਨਾਂ ਨੇ, ਵੀਡੀਓ ਪਾਈ ਜਾਂਦੇ ਆ, ਪ੍ਰਮੋਸ਼ਨਾਂ ਕਰੀ ਜਾਂਦੇ ਆ, ਪੈਸੇ ਲਈ ਜਾਂਦੇ ਆ, ਗੰਦ ਬੋਲੀ ਜਾਂਦੇ। ਇਹ ਵਿਆਹ ਨਾ ਹੋ ਗਿਆ, ਬਿਗ ਬੋਸ ਦਾ ਘਰ ਹੀ ਹੋ ਗਿਆ, ਵੀ ਰਸੋਈ 'ਚ ਕੈਮਰਾ, ਬੈਡਰੂਮ 'ਚ ਕੈਮਰਾ, ਬਾਥਰੂਮ 'ਚ ਰਹਿ ਗਿਆ ਬਸ, ਹੱਦ ਹੋ ਗਈ ਤੁਹਾਡੇ ਵਾਲੀ, ਗੱਡੀ 'ਚ ਕੈਮਰਾ,
ਇੱਧਰ ਕੈਮਰਾ, ਰਸੋਈ ਚ ਕੈਮਰਾ, ਬਾਹਰ ਕਿਤੇ ਘੁੰਮਣ ਜਾਂਦੇ ਉੱਥੇ ਕੈਮਰਾ, ਯਾਰ ਕਿਤੇ ਤੇ ਕੈਮਰਾ ਬੰਦ ਕਰ ਦੋ। ਪੈਸਾ ਬਰਬਾਦ ਪਹਿਨ ਚੋਰ। ਕਈ ਲੋਕ ਐਡੇ ਪਾਗਲ ਹੁੰਦੇ ਆ ਨਾ, ਸਾਨੂੰ ਮੈਸੇਜ ਕਰੀ ਜਾਣਗੇ ਨਹੀਂ ਯਾਰ ਤੁਹਾਨੂੰ ਨਹੀਂ ਬੋਲਣਾ ਚਾਹੀਦਾ ਇਹਨਾਂ ਬਾਰੇ। ਕਿਉਂ ਨਹੀਂ ਬੋਲਣਾ ਚਾਹੀਦਾ? ਜੇ ਆਪਾਂ ਉੱਦਾਂ ਫਨੀ ਵੀਡੀਓਜ਼ ਬਣਾਉਂਦੇ ਹਾਂ, ਉੱਦਾਂ ਲੋਕਾਂ ਦਾ ਜਲੂਸ ਕੱਢਦੇ ਹਾਂ ਜਿਹਨਾਂ ਦਾ ਬਣਦਾ, ਨਜਾਇਜ਼ ਵੀਡੀਓ ਕਿਸੇ 'ਤੇ ਨਹੀਂ ਪਾਈ, ਉੱਦਾਂ ਜੇ ਪਾਈ ਹੋਊਗੀ ਤਾਂ ਫਨੀ ਵੇ 'ਚ ਪਾਈ ਹੋਊਗੀ, ਕਿਸੇ ਦਾ ਇੱਦਾਂ ਕੁਛ ਨਹੀਂ ਗਿਆ ਹੋਣਾ ਕਿਸੇ ਇਹਨਾਂ ਦੇ ਫਨੀ ਵੇ 'ਚ ਹੀ ਪਾਈ ਆ, ਆਪਾਂ ਕਿਹੜਾ ਸਾਡੀ ਕਿਹੜਾ ਪਰਸਨਲ ਦੁਸ਼ਮਣੀ ਹੈ ਇਹਨਾਂ ਨਾਲ। ਬਾਕੀ ਇਹਨਾਂ 'ਤੇ ਬਣਦਾ ਜਲੂਸ ਕੱਢਣਾ, ਆਹ ਹੁਣ ਕੁੱਲੜ ਪੀ ਜਾਣਾ ਤਾਂ ਵੇਖ ਲਓ, ਸਾਥ ਵੀ ਦਿੱਤਾ ਸੀ, ਵੀਡੀਓ ਪਈ ਹੋਈ ਆ, ਮੈਂ ਸਪੋਰਟ ਕੀਤੀ ਸੀ, ਨਹੀਂ ਯਾਰ ਚਲੋ ਉਹਨਾਂ ਤੋਂ ਗਲਤੀ ਹੋ ਗਈ ਤੇ ਹੋ ਗਈ, ਉਹ ਹੁਣ ਫਿਰ ਜਲੂਸ ਕਢਾਈ ਜਾਂਦੇ ਆ, ਦੁਬਈ ਜਾ ਕੇ ਕਹੀ ਜਾਂਦੇ ਸਾਡਾ ਕੈਮਰਾ ਗਵਾਚ ਗਿਆ, ਕੁਛ ਵੀ ਹੋ ਸਕਦਾ, ਹੱਦ ਹੋ ਗਈ ਤੁਹਾਡੇ ਵਾਲੀ ਯਾਰ। ਸਾਨੂੰ ਅੱਜ ਜਾਣਾ ਪੈਣਾ ਪਹਿਲੇ ਪੁਲਿਸ ਸਟੇਸ਼ਨ ਕਿਉਂਕਿ ਸਾਡਾ ਕੈਮਰਾ ਗਿਆ ਗਵਾਚ, ਔਰ ਕੈਮਰਾ ਕਹਿੰਦੇ ਇੱਥੇ ਕੋਈ ਚੀਜ਼ ਗਵਾਚ ਜਾਏ ਮਿਲ ਜਾਂਦੀ ਹੈ, ਬਟ ਟੈਨਸ਼ਨ ਨਹੀਂ ਹੈ ਕਿ ਸਾਡੀ ਵੀ ਚੀਜ਼ ਮਿਲ ਜਾਏ ਤਾਂ ਵਧੀਆ, ਬਿਕੋਜ਼ ਅਸੀਂ ਉਹਦੇ ਵਿੱਚ ਸਾਰੀਆਂ ਫੋਟੋ ਸ਼ੂਟਸ ਵਗੈਰਾ ਸਾਰੇ ਉਹਦੇ 'ਚ ਕੀਤੇ ਸੀਗੇ, ਸਾਡਾ 2-3 ਦਿਨ ਜੋ ਅਸੀਂ ਘੁੰਮੇ ਹਾਂ, ਬਹੁਤ ਸਾਰੀ ਵੀਡੀਓ ਸੀਗੀਆਂ ਜੋ ਅਸੀਂ ਕੈਮਰੇ ਤੋਂ ਬਣਾਈਆਂ। ਭਾਈ ਮਜ਼ਾ ਆਇਆ, ਔਰ ਮੈਂ ਇਹ ਜੋ ਮਜ਼ਾ ਹੈ ਹਿੰਦੁਸਤਾਨ ਕੇ ਹਰ ਵਿਅਕਤੀ ਕੋ ਦੇਣਾ। ਮੇਰਾ ਟਾਈਮ ਖਤਮ ਹੋ ਗਿਆ, ਹੁਣ ਟਾਈਮ ਆ ਗਿਆ ਤੁਹਾਡਾ, ਜਿਨ੍ਹਾਂ ਨੇ ਵੀਡੀਓ ਦੇਖੀ ਆ ਲਾਈਕ ਕਮੈਂਟ ਕੀਤੇ ਬਿਨਾਂ ਹੁਣ ਜਾਣਾ ਨਹੀਂ, ਤੁਸੀਂ ਮੈਂ ਤੁਹਾਨੂੰ ਕਹਿਤਾ ਜਿੱਦਾਂ ਦੀ ਵੀ ਵੀਡੀਓ ਤੁਹਾਨੂੰ ਲੱਗੀ ਹੈ, ਜਿਹੜਾ ਵੀ ਪਾਰਟ ਤੁਹਾਨੂੰ ਵਧੀਆ ਲੱਗਾ ਥੱਲੇ ਲਿਖ ਦਿਓ ਬਸ, ਅਤੇ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਨਾ ਦੱਬ ਦਿਓ, ਕੁੱਟ ਦਿਓ, ਥੋੜ੍ਹੀ ਮਾਰੋ ਉਹਦੇ 'ਤੇ, ਫੋਨ ਤੋੜ ਦਿਓ ਆਪਣਾ, ਬਸ ਸਬਸਕ੍ਰਾਈਬ ਹੋਣਾ ਚਾਹੀਦਾ ਚੈਨਲ ਮੇਰਾ। ਅਤੇ ਇਹ ਵੀਡੀਓ ਦੇ ਐਂਡ 'ਚ ਇੱਕ ਸਿੱਖਿਆ ਸੁਣ ਕੇ ਜਾਇਓ। ਹਾਂਜੀ ਦੱਸੋ ਅੰਕਲ ਜੀ, ਕਿਹੜੀ ਗੱਡੀ ਨੂੰ ਡਰਾਈਵਰ ਬਦਲਣ ਦੀ ਆਦਤ ਪੈ ਜਾਣਾ, ਨਵੇਂ ਨਵੇਂ ਡਰਾਈਵਰ ਭਾਲਦੀ, ਜਿਹੜੀ ਗੱਡੀ ਉਹ ਫਿਰ ਛੇਤੀ ਖਤਮ ਹੋ ਜਾਂਦੀ ਹੈਗੀ, ਕੋਈ ਕੋਈ ਕਿਵੇਂ ਚਲਾਉਂਦਾ, ਕੋਈ ਕਿਵੇਂ ਚਲਾਉਂਦਾ, ਇਸ ਲਈ ਇੱਕ ਦੇ ਬਣ ਜਾਊ।